ਇਹ ਹੈ ਫਗਵਾੜਾ ਦਾ ਰੇਲਵੇ ਸਟੇਸ਼ਨ। ਜਿਸ ਨੂੰ ਸ਼੍ਰੀ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਉਹਨਾਂ ਦੇ ਉਦਮਾਂ ਦੇ ਨਾਲ ਇਸ ਰੇਲਵੇ ਸਟੇਸ਼ਨ ਨੂੰ ਉੱਚ ਮਿਆਰੀ ਬਣਾਇਆ ਜਾ ਰਿਹਾ। ਉਸ ਇਸ ਰੇਲਵੇ ਸਟੇਸ਼ਨ 'ਤੇ ਅੱਜ ਜਿਹੜੀ ਪਹਿਲੀ ਵਾਰ ਬੰਦੇ ਭਾਰਤ ਰੇਲ ਗੱਡੀ ਚੱਲ ਰਹੀ ਹੈ, ਉਸ ਨੂੰ ਵੈਲਕਮ ਕਰਨ ਦੇ ਲਈ ਫਗਵਾੜਾ ਵਿਧਾਨ ਸਭਾ ਹਲਕਾ ਔਰ ਆਸੇ ਪਾਸੇ ਦੇ ਸਾਰੇ ਉਹ ਲੋਕ ਜਿਹੜੇ ਅਕਸਰ ਦਿੱਲੀ ਨੂੰ ਸਫ਼ਰ ਕਰਦੇ ਰਹਿੰਦੇ ਨੇ ਰੇਲ ਗੱਡੀਆਂ ਦੇ ਰਾਹੀਂ, ਉਹਨਾਂ ਨੇ ਇਕੱਠੇ ਹੋ ਕੇ ਅੱਜ ਇਸ ਟ੍ਰੇਨ ਨੂੰ ਵੈਲਕਮ ਕਰਨਾ। ਉਹ ਵੈਲਕਮ ਕਰਨ ਦੇ ਲਈ ਉਚੇਚੇ ਤੌਰ 'ਤੇ ਸ਼੍ਰੀ ਸੋਮ ਪ੍ਰਕਾਸ਼ ਜੀ ਕੇਂਦਰੀ ਮੰਤਰੀ ਪਹੁੰਚ ਰਹੇ ਨੇ ਔਰ ਬਹੁਤ ਹੀ ਵੱਡੀ ਪੱਧਰ 'ਤੇ ਇਸ ਰੇਲਵੇ ਸਟੇਸ਼ਨ ਦਾ ਵਿਸਥਾਰ ਕਰਨ ਦੇ ਲਈ ਲੇਬਰ ਲੱਗੀ ਹੈ। ਇਹ ਸਾਰਾ ਹੀ ਉੱਦਮ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਦਾ ਹੈ, ਜਿਨ੍ਹਾਂ ਨੇ ਪ੍ਰਾਣੀ ਕਰਕੇ ਇੱਥੇ ਪਹਿਲਾਂ ਵੀ ਕਈ ਗੱਡੀਆਂ ਰਕਵਾਈਆਂ ਹੋਈਆਂ ਨੇ, ਜਿਨ੍ਹਾਂ ਦਾ ਟ੍ਰਾਇਲ 2 ਮਿੰਟ ਦਾ 3 ਮਿੰਟ ਦਾ, ਔਰ ਜੋ ਅੱਜ ਬੰਦੇ ਭਾਰਤ ਟ੍ਰੇਨ ਚੱਲ ਰਹੀ ਹੈ ਉਸ ਦਾ ਵੀ 2 ਮਿੰਟ ਦਾ ਟ੍ਰਾਇਲ ਇੱਥੇ ਕਰਨ ਦੇ ਲਈ ਸਲਾਹਾਂ ਜੋ ਕਦਮ ਕਰ ਰਹੇ ਨੇ। ਔਰ ਆਹ ਐਂਟਰੀ ਗੇਟ ਹੈ, ਉਹ ਕੰਮ ਚੱਲਦਾ ਹੋਣ ਕਰਕੇ ਇਹ ਰੇਲਵੇ ਸਟੇਸ਼ਨ ਦੀ ਐਂਟਰੀ ਹੈ। ਬਕਾਇਦਾ ਉੱਪਰ ਤਿਆਰੀ ਦਾ ਕੰਮ ਚੱਲ ਰਿਹਾ, ਰੇਲਵੇ ਸਟੇਸ਼ਨ ਨੂੰ ਵੀ ਬਹੁਤ ਵਧੀਆ ਬਣਾਉਣ ਦੇ ਵਾਸਤੇ ਬਹੁਤ ਵੱਡੇ ਉਪਰਾਲੇ। ਇਸ ਟ੍ਰੇਨ ਦਾ ਵੈਲਕਮ ਕਰਨ ਵਾਸਤੇ ਬਕਾਇਦਾ ਤੌਰ 'ਤੇ ਟੈਂਟ ਲਾ ਕੇ, ਕੁਰਸੀਆਂ ਲਗਾ ਕੇ ਰੇਲਵੇ ਸਟੇਸ਼ਨ ਦੇ ਉੱਪਰ ਹੀ ਪ੍ਰਬੰਧ ਕੀਤਾ ਗਿਆ ਹੈ। ਟੋਇਲਟ ਹੈ ਔਰ ਫਸਟ ਕਲਾਸ ਦੇ ਹੈ ਔਰ ਪ੍ਰੈਸ ਵਾਲਿਆਂ ਦੇ ਬੈਠਣ ਲਈ ਬਕਾਇਦਾ ਪ੍ਰਬੰਧ ਕੀਤਾ ਗਿਆ। ਵੰਦੇ ਭਾਰਤ ਐਕਸਪ੍ਰੈਸ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਨਈ ਦਿੱਲੀ
ਕਾ ਇਸ ਸਟੇਸ਼ਨ ਤੋਂ ਵੀ ਉਦਘਾਟਨ ਕੀਤਾ ਜਾਣਾ ਹੈ। ਪਹਿਲਾਂ ਬੜੀ ਕੁੱਤੇ ਸਮਾਈਲ ਪਲੀਜ਼ ਮੂੰਹ ਖੋਲ ਕੇ ਸਤਿ ਸ਼੍ਰੀ ਅਕਾਲ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਨਰਿੰਦਰ ਭਾਈ ਮੋਦੀ ਦੇ ਨਾਰੇ ਲਾਓ ਨਰਿੰਦਰ ਭਾਈ ਮੋਦੀ ਜੀ ਜਿੰਦਾਬਾਦ ਨਰਿੰਦਰ ਭਾਈ ਮੋਦੀ ਜੀ ਜਿੰਦਾਬਾਦ ਮੋਦੀ ਹੈ ਤਾਂ ਮੁਮਕਿਨ ਹੈ ਮਾਨਯੋਗ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਦੇਸ਼ ਨਿਰੰਤਰ ਜਿਹੜਾ ਆ ਉਹ ਉੱਨਤੀ ਕਰਦਾ ਜਾ ਰਿਹਾ।
ਔਰ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਕਿ ਸ਼ਤਾਬਦੀ ਔਰ ਰਾਜਧਾਨੀ ਜਿਹੜੀਆਂ ਬਹੁਤ ਸਾਰੀਆਂ ਚੱਲਦੀਆਂ ਸੀ ਔਰ ਪਿਛਲੇ ਜਦੋਂ ਦੇ ਮੋਦੀ ਜੀ ਆਏ ਉਹਨਾਂ ਨੇ ਮਹਾਤਮਾ ਔਰ ਵਿਸ਼ੇਸ਼ ਰੂਪ 'ਚ ਬੰਦੇ ਭਾਰਤ ਜਿਹੜੀ ਟ੍ਰੇਨ ਚਲਾਈ ਹੈ ਔਰ ਅੱਜ ਜਿਹੜੀ ਸਾਡੇ ਇਸ ਏਰੀਏ ਦੇ ਵਿੱਚ ਵੀ ਦੋ ਬੰਦੇ ਭਾਰਤ ਜਿਹੜੀਆਂ ਚੱਲ ਰਹੀਆਂ ਜਿਹੜੀ ਇੱਕ ਜੰਮੂ ਤੋਂ ਚੱਲ ਕਟੜੇ ਤੋਂ ਚੱਲਣੀ ਹੈ ਔਰ ਦੂਸਰੀ ਜਿਹੜੀ ਅੰਮ੍ਰਿਤਸਰ ਤੋਂ ਸ਼ੁਰੂ ਹੋਣੀ ਹੈ ਔਰ ਜਿਹੜੀ ਅੰਮ੍ਰਿਤਸਰ ਤੋਂ ਸ਼ੁਰੂ ਹੋਣੀ ਹੈ ਉਹਦਾ ਸਟੋਪੇਜ ਜਿਹੜਾ ਹੈ ਫਗਵਾੜੇ ਦੇ ਵਿੱਚ ਵੀ ਹੋਣਾ ਕਿਉਂਕਿ ਬਹੁਤ ਲੋਕਾਂ ਦੀ ਡਿਮਾਂਡ ਸੀ ਕਿ ਭਾਰਤ ਜਿਹੜੀ ਬੰਦੇ ਭਾਰਤ ਜਿਹੜੀ ਆ ਉਹ ਟ੍ਰੇਨ ਦਾ ਸਟੋਪੇਜ ਜਿਹੜਾ ਫਗਵਾੜੇ ਵੀ ਹੋਵੇ ਸੋ ਮਾਨਯੋਗ ਮੋਦੀ ਜੀ ਨੇ ਫਗਵਾੜੇ ਦੇ ਲੋਕਾਂ ਦੀ ਇਸ ਗੱਲ ਨੂੰ ਮੰਨਿਆ ਔਰ ਉਹਦੇ ਉੱਤੇ ਕੰਮ ਕਰਦੇ ਹੋਏ ਅੱਜ ਬੰਦੇ ਭਾਰਤ ਜਿਹੜੀ ਜਿਹੜੀ ਟ੍ਰੇਨ ਸ਼ੁਰੂ ਹੋ ਰਹੀ ਹੈ ਔਰ ਅੰਮ੍ਰਿਤਸਰ ਚੱਲ ਪਈ ਹੈ ਔਰ ਇੱਥੋਂ ਉਹ ਰੁਕੇਗੀ ਔਰ ਇੱਥੇ ਅਸੀਂ ਉਹਦਾ ਸਾਰੇ ਸਵਾਗਤ ਕਰਕੇ ਅੱਗੇ ਭੇਜਾਂਗੇ ਔਰ ਇਹ ਬਹੁਤ ਵੱਡੀ ਜਿਹੜੀ ਆ ਇਹ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ 24 ਦਾ ਜਿਹੜਾ ਤੋਹਫਾ ਸਾਨੂੰ ਇਹ ਮਿਲਿਆ ਕਿਉਂਕਿ ਦੇਸ਼ 23 ਦੇ ਆਗਮਨ ਦੇ ਲਾਸਟ 'ਤੇ ਔਰ ਅੱਜ ਜਿਹੜਾ ਆਖਰੀ ਵਰਕਿੰਗ ਡੇ ਵੀ ਹੈ ਔਰ ਉਹਦੇ 'ਤੇ ਸਾਨੂੰ ਇਹ ਬਹੁਤ ਵੱਡਾ ਜਿਹੜਾ ਤੋਹਫਾ ਮਿਲਿਆ ਸੋ ਇਹਦੇ ਲਈ ਅਸੀਂ ਮਾਨਯੋਗ ਨਰਿੰਦਰ ਮੋਦੀ ਜੀ ਔਰ ਅਸ਼ਵਨੀ ਵੈਸ਼ਨੋ ਜੀ ਜਿਹੜੇ ਕਿ ਸਾਡੇ ਰੇਲ ਮਿਨਿਸਟਰ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਭਾਈਓ ਕਿਰਪਾ ਬੈਠੇ ਤਾਂ ਕਿ ਹਮ ਕਾਰਜਕ੍ਰਮ ਦੀ ਸ਼ੁਰੂਆਤ ਕਰ ਸਕੇ। रेलवे व प्रशासन के वरिष्ठ अधिकारी व कर्मचारीगण हमारे बीच श्री टेकचंद सूद जी का भी स्वागत है इस कार्यक्रम में, पूर्व केंद्र मंत्री का भी स्वागत है इस कार्यक्रम में उपस्थिति के लिए। कुछ ही क्षणों में यह ट्रेन फगवाड़ा भी पहुंचेगी। इस अंतराल में हमने कुछ यहाँ सांस्कृतिक कार्यक्रम तैयार किए हैं और सभी पार्टिसिपेंट्स आपके सामने इसको प्रस्तुत करेंगे। के लिए स्टेज पर पधारे। तो भजन चलिए फिर असी सदा देवता एलपीयू के बच्चों का ਦੇਖਦਾ ਕਹਿੰਦਾ ਗੁਰਲੀਨ ਕਹਿੰਦਾ ਮੈਂ ਨਹੀਂ ਬਹਿਣਾ।
ਸਾਡੇ ਫਵਾੜੇ ਨੂੰ ਇੱਕ ਵੱਡੀ ਸੌਗਾਤ ਮਿਲੀ ਹੈ, ਜਿਸ ਵਿੱਚ ਸਾਡੇ ਨਵੀਂ ਜਿਹੜੀ ਬੁਲਟ ਟ੍ਰੇਨ ਚੱਲੀ ਆ ਫਵਾੜੇ ਵਿੱਚ ਸਟੋਪੇਜ ਰੁਕਦੀ ਹੋਈ ਜਾਵੇਗੀ। ਇਹ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਦਾ ਸਫ਼ਰ ਹੈ ਸਿਰਫ 5.5 ਘੰਟੇ ਵਿੱਚ ਪੂਰਾ ਹੋਏਗਾ। ਇਹਦੇ ਵਿੱਚ ਸਿਰਫ ਲਿਮਿਟਡ ਸਟੋਪ ਨੇ ਜਿਹੜੇ ਅਬਿਆਸ, ਜਲੰਧਰਗੜ੍ਹ, ਫਵਾੜਾ ਅਤੇ ਅੰਬਾਲਾ। ਇਹ ਫਵਾੜੇ ਵਾਸੀਆਂ ਦੀ ਮੈਂ ਕਹਿੰਦਾ ਬਹੁਤ ਵੱਡੀ ਸੌਗਾਤ ਹੈ ਅਤੇ ਬਹੁਤ ਹੀ ਧੰਨਵਾਦ ਕਰਦਾ ਹਾਂ ਮੈਂ ਨਰਿੰਦਰ ਮੋਦੀ ਜੀ ਦਾ। ਜੈ ਹਿੰਦ, ਜੈ ਭਾਰਤ। ਜੋ ਦੇਸ਼ ਦਾ ਮਾਣ ਅਤੇ ਸਤਿਕਾਰ ਸਾਰੀ ਦੁਨੀਆ ਦੇ ਵਿੱਚ ਵਧਾਇਆ ਹੈ, ਉਸੇ ਹੀ ਤਰ੍ਹਾਂ ਅੱਜ ਬੰਦੇ ਭਾਰਤ ਟ੍ਰੇਨ ਸ਼ੁਰੂ ਕਰਕੇ ਲੋਕਾਂ ਨੂੰ ਇੱਕ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ। ਔਰ ਮੈਂ ਨਰਿੰਦਰ ਮੋਦੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਭਾਰਤੀ ਜਨਤਾ ਪਾਰਟੀ ਫਗਵਾੜਾ ਵੱਲੋਂ ਔਰ ਸਾਰੇ ਹੀ ਵਰਕਰਾਂ ਵੱਲੋਂ ਧੰਨਵਾਦ ਕਰਦਾ ਹਾਂ। ਇਸੇ ਹੀ ਤਰ੍ਹਾਂ ਪਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਔਰ ਮੇਰੇ ਦੇਸ਼ ਦਾ ਨਾਮ ਜਿਹੜਾ ਦੁਨੀਆ ਦੇ ਵਿੱਚ ਉੱਚਾ ਹੋਇਆ ਹੈ ਇਸੇ ਹੀ ਤਰ੍ਹਾਂ ਸਿਤਾਰਿਆਂ ਵਾਂਗੂ ਚਮਕਦਾ ਰਹੇ। ਔਰ ਨਰਿੰਦਰ ਮੋਦੀ ਜੀ ਮੇਰੇ ਦੇਸ਼ ਦੀ, ਮੇਰੇ ਭਾਰਤ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਔਰ ਭਾਰਤ ਮਾਂ ਦਾ ਨਾਂ ਜਿਹੜਾ ਦੁਨੀਆ ਦੇ ਵਿੱਚ ਉੱਚਾ ਹੋਇਆ ਹੈ ਇਸੇ ਹੀ ਤਰ੍ਹਾਂ ਇੱਕ ਸਿਤਾਰੇ ਵਾਂਗ, ਇੱਕ ਸੂਰਜ ਵਾਂਗ ਚਮਕਦਾ ਰਹੇ। ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ। ਟ੍ਰੇਨ ਦੀਆਂ ਵਿਸ਼ੇਸ਼ਤਾਵਾਂ ਬਹੁਤ ਜ਼ਿਆਦਾ ਨੇ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇੱਥੇ ਦੀ ਸਫਾਈ, ਇਹਦੀ ਬਣਾਵਟ, ਇਹਦਾ ਕੈਟਰਿੰਗ ਔਰ ਸਾਰਾ ਹੀ ਸਟਾਫ ਇੰਨਾ ਵਧੀਆ ਹੈ ਕਿ ਜਿੱਦਾਂ ਤੁਸੀਂ ਇਹ ਸਮਝੋ ਕਿ ਇੱਕ ਘਰ ਦੇ ਕਮਰੇ 'ਚ ਬੈਠੇ ਔਰ ਸਾਰਾ ਪਰਿਵਾਰ ਤੁਹਾਡੇ ਨਾਲ ਬੈਠਾ ਹੈ। ਇਸ ਤਰ੍ਹਾਂ ਦੀ ਸੇਵਾ ਬੰਦੇ ਭਾਰਤ ਟ੍ਰੇਨ ਦਾ ਜਿਹੜਾ ਸਟਾਫ ਹੈ ਉਹ ਕਰਦਾ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਵਾਰੀ ਬੰਦੇ ਭਾਰਤ ਟ੍ਰੇਨ ਦਾ ਜ਼ਰੂਰ ਸਫ਼ਰ ਕਰਨ ਔਰ ਨਰਿੰਦਰ ਮੋਦੀ ਜੀ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਸਾਨੂੰ ਸਹੂਲਤਾਂ ਨੇ ਉਹਨਾਂ ਦਾ ਆਨੰਦ ਮਾਣਨ। ਭਾਰਤ ਮਾਤਾ ਕੀ ਜੈ। ਮੰਤਰੀ ਅਸ਼ਵਨੀ ਵੈਸ਼ਨਵ ਜੀ ਨੇ ਜੋ ਇਹ ਨਵੀਂ ਟ੍ਰੇਨ ਬਹੁਤ ਵੱਡੀ ਸੁਗਾਤ ਪੰਜਾਬ ਵਾਸੀਆਂ ਨੂੰ ਦਿੱਤੀ ਹੈ, ਵੰਦੇ ਭਾਰਤ ਟ੍ਰੇਨ, ਕਿਉਂਕਿ ਪਹਿਲਾਂ ਵੀ ਆਪਾਂ ਦੇਖਦੇ ਸੀ ਜਿਹੜੀ ਸ਼ਤਾਬਦੀ ਟ੍ਰੇਨ ਚੱਲਦੀ ਸੀਗੀ ਉਹਦੇ ਵਿੱਚ ਟਿਕਟ ਦੀ ਬੜੀ ਜਿਹੜੀ ਉਹ ਟਿਕਟ ਬੁੱਕ ਨਹੀਂ ਹੁੰਦੀ ਪਈ ਸੀਗੀ, ਬੜੀ ਦਿੱਕਤ ਆਉਂਦੀ ਸੀਗੀ। ਸੋ ਵਪਾਰੀ ਵਰਗ ਦਾ ਉਹਨਾਂ ਦਾ ਬੜੀ ਵੱਡੀ ਮੰਗ ਸੀ ਕਿ ਇਹੋ ਜਿਹੀ ਇੱਕ ਹੋਰ ਟ੍ਰੇਨ ਚਲਾਈ ਜਾਵੇ ਤਾਂ ਕਿ ਸਵੇਰੇ ਜਾ ਕੇ ਆਪਣਾ ਸ਼ਾਮ ਨੂੰ ਕੰਮ ਕਰਕੇ ਵਾਪਸ ਆ ਸਕਣ। ਸੋ ਬਹੁਤ ਵੱਡੀ ਸੁਗਾਤ ਜੋ ਹੈ ਸਾਡੇ ਪ੍ਰਧਾਨ ਮੰਤਰੀ ਔਰ ਰੇਲ ਮੰਤਰੀ ਜੀ ਨੇ ਦਿੱਤੀ ਹੈ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਦਾ ਇਹ ਵੀ ਇਸ ਗੱਲ ਦਾ ਵੀ ਬਹੁਤ ਵਿਸ਼ੇਸ਼ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਫਗਵਾੜਾ ਦਾ ਜੋ ਇਹ ਸਟੋਪੇਜ 2 ਮਿੰਟ ਦਾ ਉਹਦੇ ਵਿੱਚ ਰੱਖਿਆ ਆ। ਸੋ ਇਹ ਟ੍ਰੇਨ ਦੇ ਕਿਉਂਕਿ ਪਹਿਲਾਂ ਵੀ ਮੈਂ ਜਿਹੜੀ ਲੁਧਿਆਣੇ ਤੋਂ ਜਿਹੜੀ ਕਟਰਾ ਤੋਂ ਆਉਂਦੀ ਹੈ ਬੰਦੇ ਭਾਰਤ ਉਹਦੇ ਵਿੱਚ ਵੀ ਸਫ਼ਰ ਕੀਤਾ ਆ। ਸੋ ਬਹੁਤ ਅੱਛੀ ਟ੍ਰੇਨ ਆ। ਸੋ ਮੈਂ ਉੱਦਾਂ ਦੀ ਆਸ਼ਾ ਕਰਦਾ ਕਿ ਇਹ ਟ੍ਰੇਨ ਜਿਹੜੀ ਹੈ ਹਰ ਵਰਗ ਨੂੰ ਵਧੀਆ ਤਰੀਕੇ ਦੀ ਸਹੂਲਤਾਂ ਦੇ ਕੇ ਇਹ ਅੱਗੇ ਜਾਏਗੀ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਜੀ ਦਾ ਔਰ ਰੇਲ ਮੰਤਰੀ ਜੀ। ਫਗਵਾੜਾ ਸ਼ਹਿਰ ਦੇ ਜਿੰਨੇ ਵੀ ਵਾਸੀ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹਾਂਗਾ ਅਤੇ ਉਸ ਤੋਂ ਉਪਰੰਤ ਮੈਂ ਭਾਰਤੀ ਸਰਕਾਰ ਦੇ ਮਾਨਣੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਫਗਵਾੜਾ ਇੱਕ ਜਿਹੜਾ ਇੱਕ ਸ਼ਹਿਰ ਹੈ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਵੰਦੇ ਭਾਰਤ ਟ੍ਰੇਨ ਰੁਕਵਾਈ ਹੈ
ਸਭ ਨੂੰ ਬੇਨਤੀ ਹੈ ਜੀ ਆਪਣਾ ਸਥਾਨ ਲੈ ਕੇ ਲਈ ਪ੍ਰੋਗਰਾਮ ਜਿਹੜਾ ਹੈ ਤੋ ਜਿੰਨੇ ਤੱਕ ਆਵਾਜ਼ ਆ ਰਹੀ ਵੀ ਅੱਜ ਬੰਦੇ ਭਾਰਤ ਟ੍ਰੇਨ ਜਿਹੜੀ ਆ ਉਹ ਫਗਵਾੜਾ ਦੇ ਵਿੱਚ ਜਿਹੜੀ ਰੁਕ ਰਹੀ ਹੈ ਇਸ ਕਰਕੇ ਫਗਵਾੜਾ ਨਿਵਾਸੀ ਸਾਰੇ ਦੇ ਸਾਰੇ ਆ ਜਿਹੜੇ ਆ ਅੱਜ ਸਟੇਸ਼ਨ ਦੇ ਉੱਪਰ ਜਿਹੜੇ ਪਹੁੰਚੇ ਆ ਮੈਂ ਸਵਾਗਤ ਕਰ ਰਿਹਾ ਸਾਡੇ ਦਰਮਿਆਨ ਜਿਨ੍ਹਾਂ ਜ਼ੁਲਫਾਂ ਨੂੰ ਤਰਫਨੇ ਵਾਂਗ ਘਾਸ ਦੇ ਸੜਦੀਆਂ ਦੇਖੀਆਂ ਮੈਂ ਖੰਜੂਰਾ ਮਾਂ ਜੋ ਸੂਰਤਾਂ ਲੱਗ ਕੇ ਹਾਰ ਗਈਆਂ ਤੇ ਮੁੜ ਕੇ ਪਿੰਡ ਨਾ ਪੜਦੀਆਂ ਸਰਦਾਰ ਦੀ ਕਹੇ ਸੋਨਾ ਦੇਸ ਬੰਦ ਜਾ।
ਬੰਦੇ ਕੰਮ ਹੋਇਆ ਜਾਂਦੇ ਉਹ ਬੰਦੇ ਨਹੀਂ ਹੋ ਮੰਗਦੇ ਰਹਿਣਗੇ ਉਹ ਸਭ ਜਾਣਦਾ ਸਭ ਨੂੰ ਸਿਖਾ ਜਾਂਦੇ ਉਹ ਦੀਵਾ ਕੌਮ ਤੇ ਅੱਖਦਾ ਰਹੇ ਬਲਦਾ ਕਿ ਜਗ੍ਹਾ ਦਿਲ ਦੀ ਖੂਨ ਜੋ ਪਾ ਜਾਂਦੇ ਹੋਇਆ ਕਿਸੇ ਤੂਫਾਨ ਤੋਂ ਬੁੱਝਦੀ ਨਾ ਕਿ ਜਿਹੜੀ ਜੋਤ ਸ਼ਹੀਦ ਜਗਾ ਜਾਂਦੇ ਕਿ ਜਿਹੜੀ ਜੋ
ਇੱਕ ਮਿੰਟ ਲੱਗ